ਬਹੁਤ ਖੁਸ਼ੀਆਂ ਦਾ ਦਿਨ ਹੈਗਾ ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਦਾ ਮਾਨ ਜੀ ਦਾ ਵਿਆਹ ਹੋ ਰਿਹਾ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਬਿਲਕੁਲ ਆ ਸਾਡੇ ਸੀਐਮ ਸਾਹਿਬ ਦਾ ਵਿਆਹ ਹੈ ਕਿਉਂ ਨਹੀਂ ਕੱਢਾਂਗੇ ਸੋ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈਗਾ ਦੇਖੋ ਇਹ ਜੋ ਪਰਮਾਤਮਾ ਨੇ ਜੋ ਨਿਯਮ ਬਣਾਇਆ ਨਾ ਜੀ ਇਹ ਬਹੁਤ ਇੰਪੋਰਟੈਂਟ ਹੁੰਦਾ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਪਰਮਾਤਮਾ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਉਹਨਾਂ ਦੀ ਕਾਬਲੀਅਤ ਦਿੱਤੀ ਇਹ ਇੱਕ ਮੈਂ ਸਮਝਦਾ ਕਿ ਬੰਦਾ ਜਦੋਂ ਇਕੱਲਾ ਹੁੰਦਾ ਹੋਵੇ ਸ਼ਾਇਦ ਕਿਤੇ ਨਾ ਕਿਤੇ ਕਮੀ ਜਾਂ ਖਲਾਅ ਮਹਿਸੂਸ ਕਰਦਾ ਠਹਿਰਾਓ ਲਈ ਖੁਸ਼ੀ ਲਈ ਜਿਹੜੇ ਪੰਛੀ ਵੀ ਨੇ ਜੀ ਉਹ ਵੀ ਸ਼ਾਮ ਨੂੰ ਆਪਦੇ ਆਲ੍ਹਣਿਆਂ ਦੇ ਵਿੱਚ ਮੁੜ ਕੇ ਆਉਂਦੇ ਨੇ ਆਪਦੇ ਪਰਿਵਾਰ ਕੋਲ ਔਰ ਸੀਐਮ ਸਾਹਿਬ ਮਾਨ ਸਾਹਿਬ ਦਿਨ ਦੇ ਵਿੱਚ ਮੈਨੂੰ ਲੱਗਦਾ 20-30 50-50 ਹਜ਼ਾਰ ਬੰਦਿਆਂ ਨੂੰ ਮਿਲ ਕੇ ਆਉਂਦੇ ਸੀਗੇ ਅਤੇ ਘਰ ਆ ਕੇ ਸ਼ਾਇਦ ਉਹਨਾਂ ਨੂੰ ਖਲਾਅ ਮਹਿਸੂਸ ਹੁੰਦੇ ਸੀ ਅੱਜ ਉਹ ਖਲਾਅ ਦੂਰ ਹੋਣ ਜਾ ਰਹੇ ਬਹੁਤ ਖੁਸ਼ੀ ਹੈ ਸਾਨੂੰ ਸਾਰਿਆਂ ਨੂੰ ਚੱਲ ਵਿਆਹ ਕਰਵਾਈਏ ਵੇ ਰਾਂਝਣਾ ਮੈਂ ਕਾਲਾ ਤੂੰ ਗੋਰੀ ਗੋਰੀ ਵੇ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਨਵੀਂ ਜ਼ਿੰਦਗੀ ਦੀਆਂ ਵਿਆਹ ਦੀਆਂ ਢੇਰ ਸਾਰੀਆਂ ਮੁਬਾਰਕਾਂ ਸਾਰੇ ਨਾਭਾ ਵਿਧਾਨ ਸਭਾ ਵੱਲੋਂ ਔਰ ਪਰਮਾਤਮਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਮੈਡਮ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦਾ ਦਿਨ ਮੁਬਾਰਕ ਚੜ੍ਹਿਆ ਰਾਂਝਾ ਸਾਡੇ ਵਿਹੜੇ ਵੜਿਆ ਹੱਥ ਖੁੰਡੀ ਮੋਢੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਵੋ ਨਹੀਂ ਸਹੀ ਰਲ ਦੇਵੋ ਨਹੀਂ ਵਧਾਈ ਮੈਂ ਵਰ ਪਾਇਆ ਰਾਂਝਣ ਮਾਹੀ ਬਹੁਤ ਬਹੁਤ ਮੁਬਾਰਕਾਂ ਜੀ